ਅਤੇ ਆਪਣੇ ਜਿਹੜੇ ਇੱਥੇ ਦੇ ਮੈਂਬਰ ਪਾਰਲੀਮੈਂਟ ਹੈ ਚੰਦੂ ਮਾਜਰਾ ਜੀ, ਉਹਨਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੀ? ਉਹਨਾਂ ਦੀ ਕਾਰਗੁਜ਼ਾਰੀ ਇਹੀ ਆ, ਪਿੰਡ ਦੇ ਵਿੱਚ ਨਹੀਂ ਆਇਆ ਨਿਕਲਦਾ ਚੱਕਰ ਜਾਂ ਐਮ ਪੀ ਬਣੇ। ਅੱਛਾ, ਮੈਂ ਆਏ ਸੀਗੇ ਨਹੀਂ ਆਉਂਦੇ, ਜਣੇ ਆਉਂਦੇ ਤਾਂ ਬਾਜ਼ਾਰਾਂ ਵਿੱਚ ਉੱਧਰ ਸ਼ਹਿਰਾਂ 'ਚ ਮਿਲ ਜਾਂਦੇ, ਇੱਧਰ ਬਣਨ ਵਾਲੇ ਪਾਸੇ ਆ। ਅੱਛਾ, ਮਤਲਬ ਤੁਹਾਨੂੰ ਕੋਈ ਫਾਇਦਾ ਨਹੀਂ? ਮੋਦੀ ਸਰਕਾਰ ਨੇ ਵੀ ਕੋਈ ਸਾਡੇ ਨਾਲ ਪੰਜਾਬ ਨਾਲ ਅਜੇ ਕੋਈ ਐਸਾ ਨਹੀਂ ਨੌਕਰੀਆਂ ਦਾ, ਕੋਈ ਸਾਡੇ ਪਿੰਡ ਤੋਂ ਨਹੀਂ ਬੰਦਾ ਰੱਖਿਆ ਗਿਆ, ਨਾ ਸਾਡੇ ਰਿਸ਼ਤੇਦਾਰਾਂ ਦਾ ਕੋਈ ਬੰਦਾ ਉਹਦੇ ਤੱਕ ਕੋਈ ਗੌਰਮੈਂਟ ਨੇ ਭਰਤੀ ਕਰਿਆ। ਸਾਨੂੰ ਇੱਥੋਂ ਵੀ ਕੋਈ ਮਤਲਬ ਉਮੀਦ ਨਹੀਂ ਹੈ ਵੀ ਸਾਨੂੰ ਕੁਛ ਮਿਲੇਗਾ। 2014 ਵਿੱਚ ਸੈਂਟਰ ਦੀ ਸਰਕਾਰ, ਆਪਣਾ ਮੋਦੀ ਸਰਕਾਰ ਬੜੇ ਲੋਕਾਂ ਨੂੰ ਲੁਭਾਉਣ ਜਿਹੇ ਫੈਸਲੇ ਲੈ ਕੇ ਸਾਹਮਣੇ ਆਈ ਹੈ, ਉਸ 'ਤੇ ਮੋਦੀ ਸਰਕਾਰ ਮੇਰਾ ਖਿਆਲ ਹੈ ਪੂਰੀ ਨਹੀਂ ਉਤਰੀ ਹੈ। ਖਾਸ ਕਰਕੇ ਮੈਂ ਗੱਲ ਕਰਾਂਗਾ ਜਿਸ ਤਰ੍ਹਾਂ ਕਿ ਲੋਕਾਂ ਨੂੰ ਛੋਟਾ ਤਬਕੇ ਦੀ ਇੱਕ ਲਾਲਚ ਦਿੱਤਾ ਗਿਆ ਸੀ 15 ਲੱਖ ਰੁਪਏ ਉਹਨਾਂ ਦੇ ਖਾਤੇ 'ਚ ਪਾਉਣ ਦਾ, ਉਹ ਬਿਲਕੁਲ ਉਹਦੇ ਵਿੱਚ ਸਰਕਾਰ ਫੇਲ ਹੋਈ ਹੈ। ਜੇ ਅੱਜ ਛੋਟੇ ਤਬਕੇ ਨਾਲ ਗੱਲ ਕੀਤੀ ਜਾਵੇ, ਉਹਨਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਤਾਂ ਇਸ ਕਰਕੇ ਵੋਟਾਂ ਪਾਈਆਂ ਸੀ ਕਿ ਅਸੀਂ ਸਾਨੂੰ ਖਾਤਿਆਂ 'ਚ ਪੈਸੇ ਆਉਣਗੇ, ਪਰ ਅਸੀਂ ਆਪਣੇ ਖਾਤੇ ਵੀ ਖਿਲਾ ਲਏ, ਪੈਸੇ ਵੀ ਲਾ ਲਏ, ਪਰ ਸਾਨੂੰ ਮਿਲਿਆ ਕੱਖ ਨਹੀਂ। ਦੂਸਰਾ, ਇੰਪਲੋਇਮੈਂਟ ਦੇ ਖੇਤਰ ਵਿੱਚ ਵੀ ਜੋ ਸਰਕਾਰ ਨੇ ਵਾਅਦੇ ਕੀਤੇ ਉਹਦੇ ਵਿੱਚ ਸਰਕਾਰ ਪੂਰੀ ਨਹੀਂ ਉਤਰੀ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਸ ਵਾਰ ਮੋਦੀ ਸਰਕਾਰ ਦਾ ਜੋ ਗ੍ਰਾਫ ਹੈ ਪਹਿਲਾਂ ਨਾਲੋਂ ਕੋਈ 50% ਥੱਲੇ ਆਏ ਹੈ।